ਆਪਣਾ ਸ਼ਾਜ਼ੀਆ ਔਰ ਸੁਮਨੈਨ ਔਰ ਵੱਡੀ ਬੇਟੀ ਉੱਥੇ ਸੁੱਤੇ ਨੇ ਔਰ ਅਸਨੈਨ ਔਰ ਮੈਂ ਇੱਥੇ ਸੁਣਦੇ ਹਾਂ। ਅਸਨੈਨ ਉੱਠ ਸਪਾਰਾ ਪੜਨ ਤਾਂ ਨਹੀਂ ਜਾਣਾ, ਉੱਠ ਕੋਈ ਜਰਸੀ ਉੱਤੇ ਕਰ ਲਾ ਜਾਂ ਕੋਈ ਚੀਜ਼ ਉੱਤੇ ਮੋਟੀ ਕਰਕੇ ਨਾ, ਕਿਉਂਕਿ ਠੰਡ ਹੈਗੀ, ਸਪਾਰਾ ਪੜਨ ਜਾ ਬੇਟਾ ਜੀ ਤੇ ਨਾ। ਅਸਨੈਨ ਨੂੰ ਉਠਾ ਦਿੱਤਾ ਮੈਂ, ਸਪਾਰਾ ਪੜਨ ਜਾਏਗਾ ਇਹ ਵੀ ਪਿਛਲਾ, ਕਿਉਂਕਿ ਨਾ ਮੈਂ ਬੱਕਰੀਆਂ ਵੀ ਇਸ ਜਗ੍ਹਾ 'ਤੇ ਬੰਨੀਆਂ ਨਾ, ਤਾਂ ਵਾਸਤੇ ਫਿਰ ਅਸੀਂ ਨਾ ਆਪਣੀ ਮੰਜੀ ਜਿਹੜੀ ਹੈਗੀ ਨੇ ਇੱਥੇ ਹੀ ਪਾਉਂਦੇ ਹਾਂ, ਅਤੇ ਬੱਚਿਆਂ ਨੂੰ ਉਠਾ ਦਿੰਦੀ ਹਾਂ। ਸਪਾਰਾ ਪੜਨ ਜਾਂਦੇ ਨੇ, ਦੁੱਧ ਵਗੈਰਾ ਤਾਂ ਬਹੁਤ ਜ਼ਿਆਦਾ ਹੈਗੀ ਅਸਨੈਨ, ਅਤੇ ਕੋਈ ਜਰਸੀ ਜਿਹੜੀ ਹੈਗੀ ਨਾ ਪੁਰਾਣੀ ਉਹ ਪਾ ਲਾ ਉੱਤੇ, ਅਤੇ ਬੇਟਾ ਸਪਾਰਾ ਪੜ ਕੇ ਆਇਆ ਅਤੇ ਨਾ ਸੁਮਨੈਨ ਜਿਹੜਾ ਹੈਗਾ ਉਹ ਵੀ ਸੁੱਤਾ ਪਿਆ, ਅਸਨੈਨ ਵੀ ਸ਼ਾਜ਼ੀਆ ਮਾਸ਼ਾਅੱਲਾ ਨਮਾਜ਼ ਪੜ੍ਹ ਲਈ, ਕੁਰਾਨੇ ਪਾਕ ਪੜ੍ਹ ਰਹੀ ਸ਼ਾਜ਼ੀਆ। ਅਤੇ ਹੁਣ ਕਿਉਂਕਿ ਨਾ ਸੁਬਹ ਦਿਨ ਹੋ ਗਿਆ, ਸਪਾਰਾ ਪੜਨ ਜਾਣਗੇ ਮਾਸ਼ਾਅੱਲਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਵੀਰਾਵਾਂ ਦਾ ਕੀ ਹਾਲ ਚਾਲ ਹੈ, ਉਮੀਦ ਕਰਨੀ ਆ ਤੁਸੀਂ ਵੀ ਠੀਕ ਠਾਕ ਹੋ। ਸੋ ਅਲਹਮਦੁਲਿਲਾ ਅਸੀਂ ਵੀ ਠੀਕ ਠਾਕ ਹੈ, ਸਾਡੀਆਂ ਦੁਆਵਾਂ ਹਮੇਸ਼ਾ ਭੈਣ ਭਾਈਆਂ ਦੇ ਨਾਲ ਨੇ, ਜਿੱਥੇ ਵੀ ਰਹੋ ਖੁਸ਼ ਅਤੇ ਆਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਜੋ ਕਿ ਭੈਣ ਵੀਰਾ ਬਿਮਾਰ ਹੈ, ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਤੁਹਾਡੇ ਕਾਰੋਬਾਰ 'ਚ ਬਰਕਤ ਰਹਿਮਤ ਫਰਮਾਵੇ, ਔਰ ਜੋ ਕਿ ਬੇਉਲਾਦ ਹੈ ਅੱਲਾ ਪਾਕ ਨੂੰ ਲਾਤਾ ਫਰਮਾਵੇ, ਜੋ ਕਿ ਭੈਣ ਬੇਟਾ ਪਰੇਸ਼ਾਨ ਹੈ ਅੱਲਾ ਪਾਕ ਨੂੰ ਪਰੇਸ਼ਾਨੀਆਂ ਦੂਰ ਤਾ ਫਰਮਾਵੇ। ਅੱਜ ਦਾ ਵਲਾ ਕਰਨੇ ਸ਼ੁਰੂ ਅੱਲਾ ਪਾਕ ਦਾ ਨਾਮ ਲੈ ਕੇ, ਸੁਬਹ ਸੁਬਹ ਦਾ ਟਾਈਮ ਹੈਗਾ ਸਾਹਿਬ, ਮੇਰੇ ਭੈਣਾਂ ਬਹਿਣ ਦੇ ਅੱਲਾ ਪਾਕ ਪਰੇਸ਼ਾਨੀਆਂ ਦੂਰ ਤਾ ਫਰਮਾਵੇ, ਜੋ ਬਿਮਾਰ ਹੈਗੇ ਨੇ ਹਸਪਤਾਲਾਂ 'ਚ ਅੱਲਾ ਪਾਕ ਉਹਨਾਂ ਨੂੰ ਸ਼ਫਾ ਸਿਹਤ ਤੰਦਰੁਸਤ ਦੇਵੇ, ਮੇਰਾ ਸੋਹਣਾ ਮਾਲਿਕ ਕਰਮ ਕਰੇ ਹਰ 'ਤੇ ਔਰ ਹਰ ਦਿਆ ਬੱਚਿਆਂ 'ਤੇ, ਕਿਉਂਕਿ ਮੈਂ ਬੱਚਿਆਂ ਨੂੰ ਥਾਂ 'ਤੇ ਸਪਾਰਾ ਪੜਨ ਜਾਣ ਲੱਗੇ ਨੇ, ਚਾਬੀ ਵਿੱਚ ਕੀ ਦਰਵਾਜ਼ਾ ਖੁੱਲ੍ਹਣ ਵਾਸਤੇ, ਅਤੇ ਦਵਾਈ ਜਿਹੜੀ ਹੈਗੀ ਮੈਂ ਰਾਤ ਨੂੰ ਲਈ ਸੀ, ਉਹ ਤਾਕਤ ਵਾਲੀ ਹੈਗੀ ਔਰ ਮੇਰਾ ਜਿਸਮ ਕਮਜ਼ੋਰ ਹੈਗਾ, ਉਹਦੀ ਵਜ੍ਹਾ ਤੋਂ ਨਾ ਇਹ ਸੋਝ ਮੇਰੀ ਨਾ ਮੂੰਹ 'ਤੇ ਹਲਕੀ ਹਲਕੀ ਨਿਕਲ ਆਈ। ਉਹ ਕਹਿ ਰਿਹਾ ਸੀ ਕਿ ਸੋਝ ਜਿਹੜੀ ਹੈਗੀ ਨਾ ਤੂੰ ਕਮਜ਼ੋਰ ਹੈਗੀ ਔਰ ਦਵਾਈ ਤਾਕਤ ਵਾਲੀ ਹੈਗੀ, ਤਾਂ ਵਾਸਤੇ ਨਾ ਸੋਝ ਜਿਹੜੀ ਹੈਗੀ ਨਾ ਉਹ ਥੋੜ੍ਹੀ ਥੋੜ੍ਹੀ ਨਿਕਲ ਆਈ, ਔਰ ਅੱਲਾ ਪਾਕ ਕਰੇਗਾ ਮੈਂ ਵੀ ਕਦੇ ਗੋਲ ਜਾਵਾਂਗੀ, ਔਰ ਰੱਬ ਸੋਹਣਾ ਕਰੇਗਾ ਕਿਉਂਕਿ ਮੇਰੀ ਸਖਤੀ ਮੁਸੀਬਤ ਦੂਰ, ਕਿਉਂ ਕਾਫੀ ਦਿਨਾਂ ਦੀ ਮੈਂ ਬਿਮਾਰ ਹਾਂ, ਮੈਨੂੰ 10 ਸਾਲ ਹੋ ਗਏ ਨੇ ਬਿਮਾਰ ਨੂੰ, ਦਵਾਈਆਂ ਖਾਂਦੀ ਨੂੰ ਲੇਕਿਨ ਮੈਂ ਸਹੀ ਨਹੀਂ ਹੋ ਰਹੀ, ਔਰ ਕਿਸੇ ਮੇਰੇ ਭੈਣ ਭਰਾ ਦੀ ਅੱਲਾ ਪਾਕ ਦੁਆ ਕਬੂਲ ਕਰ ਲਵੇ, ਮੈਂ ਵੀ ਠੀਕ ਹੋ ਜਾਵਾਂ। ਮੈਂ ਤਾਂ ਬਹੁਤ ਦੁਆਵਾਂ ਮੰਗਣੀ ਆਪਣੇ ਭੈਣਾਂ ਭਾਈਆਂ ਵਾਸਤੇ, ਅਤੇ ਦਰਵਾਜ਼ਾ ਖੋਲ੍ਹਦੇ ਹਾਂ, ਬੱਚੇ ਜਾਂਦੇ ਨੇ ਸਕੂਲ, ਔਹ ਸਕੂਲ ਕਹਿ ਰਹੀ ਹਾਂ ਸੋਰੀ, ਸਪਾਰਾ ਪੜ੍ਹਨੀ ਸੁਬਹ ਸੁਬਹ, ਮੈਂ ਬੱਕਰੀਆਂ ਵੀ ਬਾਹਰ ਬੰਨ੍ਹ ਦਿੱਤੀਆਂ ਨੇ, ਔਰ ਕੱਟਾ ਜਿਹੜਾ ਹੈਗਾ ਨਾ ਉਹ ਵੀ ਬਾਹਰ ਬੰਨ੍ਹ ਦਿੱਤਾ, ਔਰ ਗੁੱਗਾ ਜਿਹੜਾ ਹੈਗਾ ਨਾ ਉਹ ਪਾ ਦਿੱਤਾ, ਅਤੇ ਸਾਡਾ ਟੋਮੀ ਜਿਹੜਾ ਹੈਗਾ ਨਾ ਉਹ ਵੀ ਨਾਲ ਬੈਠਾ ਇਹਨਾਂ ਦੇ, ਅਤੇ ਤਾਲਾ ਜਿਹੜਾ ਹੈਗਾ ਨਾ ਹਲੇ ਲੱਗਿਆ, ਅਤੇ ਹੁਣ ਮੈਂ ਖੋਲ੍ਹਣਾ ਜਾ ਕੇ ਦਰਵਾਜ਼ੇ ਦਾ, ਅਤੇ ਸੁਮਨੈਨ ਨੂੰ ਮੈਂ ਜਰਸੀ ਚੁੱਕ ਕੇ ਆ ਦਿੱਤੀ, ਮੈਂ ਕਿਹਾ ਪਾ ਲਾ ਕਿਉਂਕਿ ਠੰਡ ਹੈਗੀ ਪੁਰਾਣੀਆਂ ਜਰਸੀਆਂ ਨੇ, ਕਹਿੰਦਾ ਫਟੀਆਂ ਹੋਈਆਂ ਨੇ, ਮੈਂ ਕਿਹਾ ਕੁਛ ਨਹੀਂ ਆਉਂਦਾ ਸਰਦੀ ਤਾਂ ਨਾ ਲੱਗੇਗੀ ਤੁਹਾਨੂੰ, ਅਤੇ ਸੁਨੈਨ ਨੂੰ ਵੀ ਟੋਪੀ ਦੇ ਦਿੱਤੀ, ਅਤੇ ਉਹ ਇੱਕ ਦੁਪੱਟਾ ਪਿਆ ਸੀ ਉਹ ਵਾਲਾ, ਸੁਨੈਨ ਨੂੰ ਜਰਸੀਆਂ ਛੋਟੀਆਂ ਹੈਗੀਆਂ ਨੇ ਤਾਂ ਵਾਸਤੇ, ਅਤੇ ਇਹਨੂੰ ਕੁਛ ਪੂਰੀਆਂ ਆ ਗਈਆਂ ਨੇ, ਅਤੇ ਉਹ ਜਿਹੜਾ ਹੈਗਾ ਨਾ ਦੁਪੱਟਾ ਉਹਨੂੰ ਮੈਂ ਦਿੱਤਾ ਆਪਣਾ, ਉਹ ਦੁਪੱਟੇ ਨਾਲ ਲਪਟੀ ਕੇ ਜਾ ਰਿਹਾ, ਉਹ ਉੱਤੇ ਟੋਪੀ ਹੈਗੀ ਉਹ ਕਰਕੇ ਜਾ ਰਿਹਾ। ਦੁਪਹਿਰ ਦਾ ਮੌਸਮ ਵੀ ਭੈਣਾਂ ਬਾਈਆਂ ਨੂੰ ਵਿਖਾਉਂਦੇ ਹਾਂ ਕਿਸ ਤਰ੍ਹਾਂ ਹੈਗਾ ਇੱਦਾਂ, ਕਿਉਂਕਿ ਧੁੰਦ ਕਾਫੀ ਪੈ ਰਹੀ ਬਾਹਰ ਨਾ, ਮੌਸਮ ਖਰਾਬ ਹੋ ਰਿਹਾ, ਤਾਲਾ ਖੋਲ੍ਹ ਲਵਾਂ ਅਤੇ ਬਾਹਰ ਦਿਖਾਉਂਦੀ ਹਾਂ ਭੈਣਾਂ ਬਾਈਆਂ। ਅੱਜ ਅਸੀਂ ਸਬਜ਼ੀ ਵੀ ਕੱਢਣੀ, ਕਿਉਂਕਿ ਨਾ ਮੂਲੀਆਂ ਤਾਂ ਨਹੀਂ ਮਿਲੀਆਂ ਸੀ, ਮੌਸਮ ਚੈੱਕ ਕਰੋ ਕਿ ਧੁੰਦ ਕੱਲ੍ਹ ਤੋਂ ਵੀ ਜ਼ਿਆਦਾ ਹੈਗੀ, ਕੱਲ੍ਹ ਥੋੜ੍ਹੀ ਸੀ ਅੱਜ ਕੱਲ੍ਹ ਤੋਂ ਜ਼ਿਆਦਾ ਹੈਗੀ, ਅੱਲਾ ਪਾਕ ਰਹਿਮਤ ਕਰੇਗਾ ਕਿਉਂਕਿ ਇਸ ਤਰ੍ਹਾਂ ਆਹਿਸਤਾ ਆਹਿਸਤਾ ਬਹੁਤ ਜ਼ਿਆਦਾ ਧੁੰਦ ਹੋ ਰਹੀ, ਅੱਲਾ ਪਾਕ ਨੂੰ ਬਹੁਤ ਜ਼ਿਆਦਾ ਧੁੰਦ ਹੈਗੀ ਹੈ ਲੀ ਨਾ।
ਕਰੋ ਕਿਤਨੀ ਜ਼ਿਆਦੀ ਹੈਗੀ। ਔਰ ਬੱਚਿਆਂ ਨੇ ਨਾ ਜਾਣਾ ਇਸ ਸਾਈਡ 'ਤੇ ਸਪਾਰਾ ਪੜ੍ਹਨ ਵਾਸਤੇ, ਔਰ ਇਹ ਵੀ ਬੱਚੇ ਆ ਰਹੇ ਨੇ ਸਪਾਰਾ ਪੜ੍ਹਨ ਵਾਸਤੇ। ਅਸਨੈਨ ਤੁਸੀਂ ਵੀ ਜਲਦੀ ਵਜ਼ੂ ਕਰ ਲਓ, ਉਹਨਾਂ ਦੇ ਨਾਲ ਚਲੇ ਜਾਣਾ। ਇਹ ਸਾਡੇ ਹਮਸਾਇਆਂ ਦੇ ਹੈਗੇ ਨੇ ਬੱਚੇ, ਆਹ ਸਪਾਰਾ ਪੜ੍ਹਨ ਜਾ ਰਹੇ ਨੇ, ਤੁਸੀਂ ਵੀ ਜਲਦੀ ਜਲਦੀ ਚਲੇ। ਬੱਚਿਆਂ ਦਾ ਵਜ਼ੂ ਜਿਹੜਾ ਹੈਗਾ ਉਹ ਕਰਵਾ ਰਹੀ ਹਾਂ, ਨਲਕਾ ਗੇੜ ਕੇ, ਇਹਨਾਂ ਕੋਲੋਂ ਆਪੇ ਨਹੀਂ ਗਿੜਦਾ। ਮੈਂ ਕਿਹਾ ਵਜ਼ੂ ਤੁਸੀਂ ਨਾ ਜਲਦੀ ਜਲਦੀ ਕਰ ਲਓ। ਸ਼ਾਜ਼ੀਆ ਜਿਹੜੀ ਹੈਗੀ ਨਾ ਉਹਨੇ ਮਾਸ਼ਾਅੱਲਾ ਕੁਰਾਨ ਪਾਕ ਪੜ੍ਹ ਲਿਆ, ਔਰ ਉਹ ਵੀ ਨਾ ਯਾਰ ਇਸ ਪਾਰਾ ਪੜ੍ਹਨ ਵਾਸਤੇ। ਹਾਂਜੀ ਸ਼ਾਜ਼ੀਆ ਜਾਣ ਲੱਗੀ ਅਤੇ ਬਸ ਇਹ ਵੀ ਵਜ਼ੂ ਕੀਤੀ ਖੜੀ ਨੇ, ਸਮਨੈਨ ਨੇ ਕਰ ਲਿਆ। ਹਾਂਜੀ ਸਰਦੀ ਲੱਗਦੀ ਨਾ ਹੁਣ, ਗਰਮੀ ਵਿੱਚ ਕਹਿੰਦੇ ਸੀ ਬਹੁਤ ਜ਼ਿਆਦਾ ਗਰਮੀ, ਤਾਂ ਸਰਦੀਆਂ ਵੀ ਆ ਗਈਆਂ ਨੇ। ਅੱਲਾ ਗੁੰਜਾਇਸ਼ ਦਿੱਤੀ ਨਾ ਫਿਰ ਦਾਨ ਜਰਸੀਆਂ ਕਿ ਉੱਤੇ ਟੋਪੀਆਂ ਅੱਛੀਆਂ ਲੈ ਤੇ, ਇੱਕ ਇੱਕ ਜੁਰਾਬਾਂ ਦਾ ਜੋੜਾ ਆਪਾਂ ਹੋਰ ਲਵਾਂਗੇ, ਠੀਕ ਹੈ ਨਾ। ਮਾਸ਼ਾਅੱਲਾ ਨਲਕਾ ਜਿਹੜਾ ਲੱਗਣ ਦੀ ਸਾਨੂੰ ਬਹੁਤ ਜ਼ਿਆਦਾ ਆਸਾਨੀ ਹੋ ਗਈ। ਅੱਲਾ ਪਾਕ ਉਹਨਾਂ ਜ਼ਿੰਦਗੀ ਕਰੇ ਜਿਹੜੇ ਸਾਨੂੰ ਲਵਾ ਦਿੱਤਾ। ਔਰ ਬੱਚੇ ਹੀ ਆ ਕੇ ਸਪਾਰਾ ਪੜ੍ਹਨ ਲੱਗੇ, ਦੁਆ ਕਰਦੇ ਨੇ ਉਹਨਾਂ ਦੇ ਅਕਵੇ ਜੀ ਨੇ ਸਾਨੂੰ ਨਲਕਾ ਲਗਵਾ ਦਿੱਤਾ, ਕਿਉਂਕਿ ਪਾਣੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਸੀ। ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਅਤੇ ਉਹਨਾਂ ਦੇ ਕਾਰੋਬਾਰ 'ਚ ਬਰਕਤ ਰਹੇ। ਮੈਂ ਤਾਂ ਫਰਮਾਨ ਜੀ ਨੇ ਨਲਕਾ ਲਵਾਇਆ, ਰੱਬ ਸੋਹਣਾ ਉਹਨਾਂ ਨੂੰ ਬਹੁਤ ਜ਼ਿਆਦੀਆਂ ਖੁਸ਼ੀਆਂ ਦੇਵੇ ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਜ਼ਿੰਦਗੀ ਕਰੇ ਅਤੇ ਉਹਨਾਂ ਨੂੰ ਨੇਕ ਬਣਾਵੇ। ਮੈਂ ਨਾ ਬਾਈਆਂ ਨੂੰ ਵੀ ਰੱਬ ਸੋਹਣਾ। ਹੁਣ ਬੱਚੇ ਜਿਹੜੇ ਹੈਗੇ ਨਾ ਜਾ ਰਹੇ ਨੇ ਮਾਸ਼ਾਅੱਲਾ ਸਪਾਰਾ ਪੜ੍ਹਨ ਵਾਸਤੇ, ਨਾ ਸ਼ਾਜ਼ੀਆ ਵੀ ਉਹ ਜਾ ਰਹੀ, ਸਨੈਨ ਸਨੈਨ ਵੀ ਜਾ ਰਹੇ ਨੇ। ਔਰ ਸ਼ਾਜ਼ੀਆ ਨਾਲ ਦੁੱਧ ਲੈਣ ਗਈ, ਜਿਹੜਾ ਮੈਂ ਦਵਾਈ ਲੈਣੀ ਹੁੰਦੀ ਨਾ ਵਿੱਚ ਟੀਕਾ ਹੀ ਪਾ ਕੇ ਅੱਜ ਲੈਣਾ, ਉਹ ਵਾਲਾ ਲੈਣ ਗਈ। ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਨੂੰ ਕਰਵਾ ਦਿੱਤਾ, ਸਫਾਈ ਵੀ ਕਰ ਲਈ, ਅਤੇ ਨਾ ਹੁਣ ਮੈਂ ਜਿਹੜੀ ਨਾ ਗਾਜਰਾਂ ਸਬਜ਼ੀ ਇੱਥੇ ਲਾਉਣ ਲੱਗੀ ਹਾਂ। ਕਿਤੇ ਨਾ ਕਿਆਰੀ ਜਿਹੜੀ ਹੈਗੀ ਨੇ ਮੈਂ ਬਣਾ ਕੇ ਨਾ ਇੱਥੇ ਸਬਜ਼ੀ ਕੱਢਣ ਲੱਗੀ ਹਾਂ, ਤੁਹਾਨੂੰ ਵੀਹ ਵੀ ਖਾਣੀ ਆ। ਗੋਂਗਲੀਆਂ ਦਾ ਮੂਲੀਆਂ ਦਾ ਤਾਂ ਮੈਨੂੰ ਨਹੀਂ ਮਿਲਿਆ, ਗਾਜਰਾਂ ਦਾ ਅਤੇ ਮੈਨੂੰ ਆਪ ਨਾ ਸਾਹ ਨਹੀਂ ਆ ਰਿਹਾ। ਇੱਥੇ ਇੱਕੋ ਜਿਹੀ ਕਰਦੀ ਹਾਂ ਕਿਉਂਕਿ ਮੈਨੂੰ ਸਾਹ ਦੀ ਬਿਮਾਰੀ ਹੈਗੀ ਤਾਂ ਵਾਸਤੇ। ਧਨੀਆ ਕੱਢਾਂਗੀ, ਪਾਲਕ, ਲਸਣ ਔਰ ਗੋਂਗਲੂ ਜਿਹੜੇ ਹੈਗੇ ਨਾ ਉਹ ਵਾਲੇ, ਔਰ ਮੂਲੀਆਂ ਨਹੀਂ ਮਿਲੀਆਂ, ਮੂਲੀਆਂ ਵੀ ਗੱਡਣੀਆਂ ਸੀ। ਔਰ ਜਿਸੇ ਤਰ੍ਹਾਂ ਨਾ ਸਬਜ਼ੀ ਦੇ ਬੀਜ ਲੱਭਦੇ ਰਹੇ ਨਾ ਹੋਰ, ਉਹ ਵੀ ਇੱਥੇ ਮਾਸ਼ਾਅੱਲਾ ਗਾੜ ਲਵਾਂਗੇ। ਇੰਨੀ ਪਿਆਰੀ ਜਿਹੜੀ ਹੈਗੀ ਨਾ ਉਹ ਵਾਲੇ ਗੱਡਣ ਲੱਗੇ ਹਾਂ, ਫਿਰ ਹੋਰ ਕੁਛ ਬੀਜ ਮਿਲ ਗਿਆ ਨਾ ਅੱਗੇ ਫਿਰ ਹੋਰ ਬਣਾ ਲਵਾਂਗੇ। ਮੈਂ ਕੰਢੇ ਚੁੱਕ ਕੇ ਲੈਣ ਦੇ ਫਾਇਦਾ ਦੇ ਦਿਆਂਗੀ, ਕਿਉਂਕਿ ਮੁਰਗੀਆਂ ਮੇਰੇ ਕੋਲ ਜਿਹੜੀਆਂ ਹੈਗੀਆਂ ਨਾ ਦੋ ਅਤੇ ਗਵਾਂਢੀਆਂ ਦੀਆਂ ਵਿੱਚ ਆ ਜਾਂਦੀਆਂ ਨੇ ਤਾਂ ਵਾਸਤੇ, ਨਹੀਂ ਬਣਦੀ ਤਾਂ ਵਾਸਤੇ ਸ਼ਾਜ਼ੀਆ ਨੇ ਕਿਹਾ ਸੀ ਫਿਰ ਨਹੀਂ ਬਣਾ ਕੇ ਦੇ ਦੇ, ਫਿਰ ਆਪਾਂ ਨਾ ਰਲ ਕੇ ਗਾੜ ਲਵਾਂਗੇ। ਹੁਣ ਇਹ ਕਿਆਰੀਆਂ ਮੈਂ ਬਣਾ ਲਈਆਂ, ਫਿਰ ਸ਼ਾਜ਼ੀਆ ਤਾਂ ਮੈਂ ਰਲ ਕੇ ਨਾ ਕੇ ਗਾੜ ਲਈ ਹਾਂ ਜੀ। ਅਤੇ ਨਾ ਮੈਂ ਲੈ ਕੇ ਆ ਗਈ ਹਾਂ ਧਨੀਆ ਜਿਹੜਾ ਹੈਗਾ ਨਾ, ਇਹ ਵੀ ਮੈਂ ਮਰੋੜ ਲਿਆ, ਧਨੀਆ ਗੱਡਣ ਲੱਗੀ ਹਾਂ। ਔਰ ਇਹ ਨਾ ਮੇਰੇ ਕੋਲ ਪਾਲਕ ਦਾ ਬੀਜ ਹੈਗਾ, ਇਹ ਮੁਸ਼ਕ ਬੱਬਰੀ, ਔਰ ਇਹ ਆਲੂ ਹੈਗੇ ਨੇ, ਇਹ ਵੀ ਕੱਟ ਕੇ ਨਾ ਇੱਕ ਸਾਈਡ 'ਤੇ ਲਾ ਦਿਆਂਗੀ। ਔਰ ਇਹ ਨਾ ਮਟਰ ਹੈਗੇ ਨੇ ਫਲੀਆਂ ਵਾਲੇ, ਇਹ ਵੀ ਗਾੜ ਦਿਆਂਗੇ ਮਟਰ ਵੀ। ਔਰ ਇਹ ਲਸਣ ਹੈਗਾ, ਅਤੇ ਜਿਹੜੇ ਗੋਂਗਲੂ ਹੈਗੇ ਨੇ ਉਹ ਮਿੱਠੀ ਗੁਆਂਢੀਆਂ ਕੋਲ ਲੈ ਆਉਂਦੇ ਨੇ, ਥੋੜ੍ਹਾ ਜਿਹਾ ਮੈਨੂੰ ਬੀਜ ਮਿਲਿਆ ਉਹਨਾਂ ਕੋਲ, ਅਤੇ ਦੁਕਾਨ 'ਤੇ ਤਾਂ ਮੈਨੂੰ ਨਹੀਂ ਮਿਲਿਆ ਸੀ। ਇਹ ਵਾਲਾ ਨਾ ਧਨੀਆਂ, ਆਹੋ ਧਨੀਆਂ ਕਹਿ ਰਹੀਆਂ ਗੋਂਗਲੂਆਂ ਦਾ ਬੀਜ ਹੈਗਾ,
ਉਹਨਾਂ ਹੀ ਅੱਗੇ ਕੱਢੇ ਸੀ ਅਤੇ ਨਾ ਉਹਨਾਂ ਨੇ ਮੈਨੂੰ ਦਿੱਤਾ ਗੋਂਗਲੂਆਂ ਦਾ ਬੀਜ ਹੈ ਲਾ, ਕਿਉਂਕਿ ਅਸੀਂ ਥੋੜ੍ਹੇ ਜਿਹੇ ਗੋਂਗਲੂ ਵੀ ਗਾੜ ਲਵਾਂਗੇ, ਗੋਂਗਲੂਆਂ ਦਾ ਬੀਜ ਇਹਦੇ ਵਿੱਚ ਰੱਖ ਦਿੰਦੇ ਹਾਂ। ਇਹ ਨਾ ਇਸ ਤਰ੍ਹਾਂ ਕੱਢੀ ਦਾ ਇਹ ਲਸਣ ਜਿਹੜਾ ਹੈਗਾ ਨਾ, ਜਿਹਦੇ ਨਾਲ ਬਾਕੀ ਜਿਹੜੀ ਸਬਜ਼ੀ ਹੈਗੀ ਨਾ ਉਹ ਮੈਂ ਗਾੜ ਲਈ, ਲਸਣ ਵੀ ਗਾੜ ਲਿਆ, ਧਨੀਆ ਵੀ ਗਾੜ ਲਿਆ, ਔਰ ਬਾਕੀ ਮਟਰ ਲੈ ਗਏ ਨੇ, ਔਰ ਜਿਹੜੇ ਆਲੂ ਹੈਗੇ ਨੇ ਉਹ ਵੀ ਇਸ ਤਰ੍ਹਾਂ ਕੱਟ ਲੈਣੇ, ਕਿਉਂਕਿ ਨਾ ਇਸ ਤਰ੍ਹਾਂ ਲੱਗਦੇ ਨੇ ਕੱਟ ਕੇ ਨਾ, ਇਸ ਤਰ੍ਹਾਂ ਉੱਤੇ ਲੱਗਦੇ ਨੇ ਖਾਲੀਆਂ ਦੇ ਵਿੱਚ, ਉਸ ਤਰ੍ਹਾਂ ਉੱਤੇ ਮਿੱਟੀ ਆ ਗਿਆ। ਮੈਂ ਕਿਹਾ ਦੱਸ ਦਿਓ ਇਸ ਤਰ੍ਹਾਂ ਕੱਢੀਂਦੇ ਨੇ ਆਲੂ, ਇਹਨਾਂ ਨਾਲ ਫਿਰ ਨਲਕਾ ਧੋਣਾ, ਪਾਣੀ ਲਾ ਦਿਆਂਗੇ ਦੇ ਗਾੜ ਦੇਣੇ, ਕਿਉਂਕਿ ਆਲੂ ਥੋੜ੍ਹੇ ਹੈਗੇ ਨੇ ਹੋਰ ਆਉਂਦੇ ਨਾ ਕੁਛ, ਥੋੜ੍ਹੇ ਜਿਹੇ ਹੋਰ ਅਸੀਂ ਗਾੜ ਦੇਣੇ ਸੀ ਆਲੂ ਤੋਂ। ਸਾਡੇ ਕੋਲ ਮੋਟਰ ਨਹੀਂ ਹੈਗੀ, ਕਿਉਂਕਿ ਨਲਕੇ ਤੋਂ ਬਾਹਰ ਕੇ ਲਾਉਣ ਲੱਗੀਆਂ, ਕਿਉਂਕਿ ਮੋਟਰ ਜਿਹੜੀ ਹੈਗੀ ਨਾ ਉਹ ਨਹੀਂ ਹੈਗੀ, ਅਤੇ ਸਬਜ਼ੀ ਨੂੰ ਨਾ ਮੈਂ ਤੋੜ ਤੀ ਕਰਨਾ ਨਲਕੇ ਤੋਂ ਬਾਹਰ ਕੇ, ਨਾ ਤਾਂ ਇਹਨੂੰ ਮੈਂ ਪਾਣੀ ਲਾ ਦਿੰਦੀ ਹਾਂ। ਚਲੋ ਕੋਈ ਨੀ, ਜਿਸ ਟਾਈਮ ਬਹੁਤ ਪਹਿਲਾਂ ਬੜੀ ਪਿਆਰੀ ਲੱਗੇਗੀ ਘਰ ਵਿੱਚ, ਧਨੀਆ ਜਾਂ ਪਾਲਕ ਵਗੈਰਾ ਨਹੀਂ ਹੁੰਦੀ, ਬਹੁਤ ਆਸਾਨੀ ਹੁੰਦੀ ਕਿਉਂਕਿ ਦੁਕਾਨ ਤੋਂ ਮੋਲ ਲੈਣੀ ਪੈਂਦੀ। ਅੱਗੇ ਤਾਂ ਮੈਂ ਥੋਮ ਜਿਹੜਾ ਹੈਗਾ ਨਾ ਉਹ ਗਾੜ ਲਿਆ, ਤਾਂ ਭੁੱਖ ਬੱਚਿਆਂ ਨਹੀਂ ਲੱਗੀ ਖਰੀ, ਤਾਂ ਮੈਨੂੰ ਆਪ ਨੂੰ ਭੁੱਖ ਲੱਗੀ ਸੀ, ਮੈਂ ਦਵਾਈ ਵੀ ਦੁਪਹਿਰ ਨੂੰ ਲੈਣੀ ਹੈ, ਅਤੇ ਨਾ ਬੱਚੇ ਕਹਿ ਰਹੇ ਸੀ ਸਾਨੂੰ ਚਾਵਲ ਬਣਾ ਦੇ, ਅਤੇ ਚਾਵਲ ਉਹਨਾਂ ਨੂੰ ਦੇ ਦਾਂਗੀ ਅਤੇ ਮੈਂ ਨਾ ਰੋਟੀ ਖਾ ਲਵਾਂਗੀ, ਅਤੇ ਵਿੱਚ ਨਾ ਆਲੂ ਇੱਕ ਪਿਆ ਸੀ ਉਹ ਵੀ ਮੈਂ ਪਾ ਦਿੱਤਾ, ਔਰ ਪਾਣੀ ਉਬਾਈਲ ਹੋ ਰਿਹਾ ਚਾਵਲਾਂ ਦਾ, ਅਤੇ ਵਿੱਚ ਚਾਵਲ ਜਿਹੜੇ ਹੈਗੇ ਨਾ ਮਾਸ਼ਾਅੱਲਾ ਧੋ ਲੈਣੇ ਵਿੱਚ ਪਾਉਣ ਲੱਗੀ ਹਾਂ, ਅਤੇ ਕਿਉਂਕਿ ਸ਼ਾਮ ਨੂੰ ਅਸੀਂ ਸਾਗ ਬਣਾਉਣਾ, ਸ਼ਾਦੀਆਂ ਜਿਹੜੀ ਹੈਗੀ ਨਾ ਪਾਲਕ ਅਤੇ ਮੱਖੀਆਂ ਲੈਣ ਲਈ, ਨਾਲ ਸਾਗ ਜਿਹੜਾ ਹੈਗਾ ਨਾ ਉਹ ਸ਼ਾਮ ਨੂੰ ਬਣਾਵਾਂਗੇ,
ਕਿਉਂਕਿ ਨਾ ਐਮੀ ਮੇਰੀ ਔਰੀ ਜਿਹੜੇ ਹੈਗੇ ਨਾ ਉਹ ਕੁੱਤੇ ਨਾ ਦਾਈ ਵੜਦੇ ਨੇ ਉਹਨਾਂ ਨੇ ਦਿੱਤੇ ਸਨ ਚਾਵਲ ਅਤੇ ਬੱਚੇ ਕਹੇ ਸੀ ਕੱਚੇ ਖਾ ਰਹੇ ਸੀ ਮੈਂ ਕਿਹਾ ਕੱਚੇ ਨਾਲ ਤਾਂ ਪੱਥਰੀ ਬਣ ਜਾਂਦੀ ਫਿਰ ਇਹਨਾਂ ਨੂੰ ਮੈਂ ਪਕਾ ਕੇ ਦੇ ਦੇਣੀ ਹੈ ਚਾਵਲ ਦੁਪਹਿਰ ਨੂੰ ਖਾ ਲੈਣਗੇ ਸ਼ਾਮ ਤੀਕਰ ਤਾਂ ਪੂਰੇ ਨਹੀਂ ਆਉਣੇ ਕਿਉਂਕਿ ਚਾਵਲ ਥੋੜ੍ਹੇ ਹੈਗੇ ਨੇ ਮੈਂ ਕਿਹਾ ਸ਼ਾਮ ਨੂੰ ਫਿਰ ਅਸੀਂ ਰੋਟੀਆਂ ਬਣਾ ਲਵਾਂਗੇ ਨਾਲ ਸਾਹ ਲੈ ਲੈ ਚਾਵਲ ਰੱਖ ਕੇ ਦਮ ਦੇ ਕੇ ਤੇ ਹੁਣ ਸਾਗ ਜਿਹੜਾ ਹੈਗਾ ਨਾ ਉਹ ਕੱਢ ਲੈਂਦੀ ਹਾਂ ਨਾ ਸਾਗ ਜਿਹੜਾ ਹੈਗਾ ਨਾ ਉਹ ਮੈਂ ਸਾਫ਼ ਕਰ ਰਹੀ ਹਾਂ ਛਿਲ ਕੇ ਨਮਕ ਪਕਾ ਲਵਾਂਗੇ ਸ਼ਾਜ਼ੀਆਂ ਲੈਣ ਗਈ ਹੈ ਮਿਰਚਾਂ ਅਤੇ ਪਾਲਕ ਸ਼ਾਦੀਆਂ ਵੀ ਆ ਜਾਂਦੀ ਉੰਨੀ ਦੇਰ ਨੂੰ ਅਤੇ ਮੈਂ ਕਿਹਾ ਫਿਰ ਸ਼ਾਮ ਹੋ ਰਹੀ ਕਿਉਂਕਿ ਫਿਰ ਨਾ ਲੇਟ ਹੋ ਗਏ ਤਾਂ ਬਣਨਾ ਨਹੀਂ ਸਾਗ ਤਾਂ ਵਾਸਤੇ ਮੈਂ ਕਿਹਾ ਵੀ ਜਲਦੀ ਬਣਾ ਲੈਂਦੇ ਹਾਂ ਅਸੀਂ ਸਾਗ ਅਤੇ ਚਾਵਲ ਹੀ ਬਣ ਜਾਣਗੇ ਸ਼ਾਮ ਵਾਸਤੇ ਸਾਗ ਬਣਾ ਲਵਾਂਗੇ ਔਰ ਸੁਬਹ ਵੀ ਨਾ ਸਾਗ ਨਾਲ ਅਸੀਂ ਰੋਟੀਆਂ ਖਾ ਲਵਾਂਗੇ ਅਤੇ ਸ਼ਾਦੀਆਂ ਹੀ ਬਸ ਆਉਣ ਵਾਲੀ ਹੈ ਜੀ ਅਤੇ ਨਾ ਸਾਗ ਜਿਹੜਾ ਹੈਗਾ ਨਾ ਉਹ ਮੈਂ ਕੱਢ ਲਿਆ ਅਤੇ ਕਿਉਂਕਿ ਛੁਰੀ ਨਾਲ ਹੀ ਕੱਟਿਆ ਅਤੇ ਸ਼ਾਦੀਆਂ ਪਾਲਕ ਹੀ ਲੈ ਕੇ ਆ ਗਈ ਅਤੇ ਮਿਰਚਾਂ ਵੀ ਅਤੇ ਕੁਛ ਸਾੜੀਆਂ ਨਾਲ ਮਿਰਚਾਂ ਅੱਗੇ ਪਈਆਂ ਕੁਛ ਇਹ ਵਾਲੀਆਂ ਕਿਉਂਕਿ ਜ਼ਿਆਦਾ ਪੈਸੇ ਨਹੀਂ ਹਨ 50 ਰੁਪਏ ਦੀ ਅਸੀਂ ਮਿਰਚਾਂ 'ਚ ਪਾਲਕ ਲੈ ਲਈ ਥੋੜ੍ਹੀ ਜਿਹੀ ਬਾਕੀ ਇਹ ਜਿਹੜਾ ਵਿੱਚੋਂ ਅਸੀਂ ਕੱਢਿਆ ਨਾ ਕੱਟ ਕੇ ਅਤੇ ਇਹ ਬੱਕਰੀਆਂ ਨੂੰ ਪਾ ਦਿਆਂਗੇ ਅਤੇ ਹੁਣ ਨਾ ਇਹ ਕੱਟ ਕੇ ਰੱਖ ਤਾ ਚਾਵਲ ਜਿਹੜੇ ਹੈਗੇ ਨਾ ਉਹ ਵੇਖਣੇ ਬਣ ਗਏ ਤਾਂ ਬੱਚਿਆਂ ਨੂੰ ਦਿੰਦੀ ਹਾਂ ਅਤੇ ਉੱਤੇ ਫਿਰ ਨਾਲ ਹੀ ਨਾ ਸਾਗ ਹੱਥ 'ਤੇ ਲੱਗ ਜਾਣੀ ਛੁਰੀ ਤੇਰੇ 'ਤੇ ਸਾਗ ਜਿਹੜਾ ਹੈਗਾ ਨਾ ਉਹ ਮੈਂ ਮਾਸ਼ਾਲਾ ਕੱਟ ਕੇ ਉੱਤੇ ਰੱਖ ਦਿੱਤਾ ਪਾਣੀ ਬੋਇਲ ਕਰਨ ਵਾਸਤੇ ਚਾਵਲ ਜਿਹੜੇ ਹੈਗੇ ਨਾ ਉਹ ਮੈਂ ਕੱਢ ਲਾ ਲੈਣੇ ਦਮ ਉੱਤੇ ਅਤੇ ਬੱਚਿਆਂ ਨੂੰ ਚਾਵਲ ਕਿਉਂਕਿ ਦੇ ਦਿੰਦੀ ਹਾਂ ਦੁਪਹਿਰ ਨੂੰ ਨਾ ਖਾ ਲੈਣਗੇ ਇਹਦੇ ਵਿੱਚ ਨਾ ਜਲਦੀ ਠਾਰ ਜਾਣਗੇ ਔਰ ਕੁਛ ਇਹਦੇ ਵਿੱਚ ਪਲੇਟ ਵਿੱਚ ਕੱਢ ਕੇ ਦੇ ਦਿੰਦੀ ਹਾਂ ਹਾਂਜੀ ਜਿਸ ਮੇਰੇ ਬਹਿਣ ਵੀਰਾ ਖਾਣੇ ਹੋਣ ਜੀ ਬਿਸਮਿਲਾ ਖਾ ਸਕਦੇ ਹੋ ਕਿਉਂਕਿ ਅਸੀਂ ਦੁਪਹਿਰ ਨੂੰ ਨਾ ਚਾਵਲ ਬਣਾਏ ਨੇ ਮਿਹਨਤ ਕਰਨੀ ਆਈ ਦਾ ਵਲਾਗ ਮੇਰੇ ਭੈਣ ਵੀਰਾਂ ਸਾਡਾ ਜ਼ਰੂਰ ਪਸੰਦ ਹੈ ਸਾਨੂੰ ਲਾਈਕ ਸਬਸਕ੍ਰਾਈਬ ਕਰਨਾ ਸਾਡੀ ਵੀਡੀਓ ਐਂਡ ਤੇ ਵੇਖੀ ਕਰੋ ਕਿਉਂਕਿ ਇੱਕ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਸਾਡੀ ਸਪੋਰਟ ਹੋ ਜਾਏਗੀ ਗਰੀਬ ਬੰਦੇ ਦੀ ਹੈਲਪ ਹੋ ਜਾਂਦੀ ਤੁਹਾਡੇ ਅੰਗੂਠੇ ਦਬਾਉਣ ਨਾਲ ਅਤੇ ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ ਸਿਹਤ ਤੰਦਰੁਸਤੀ ਦੇਵੇ ਰੱਬ ਸੋਹਣਾ ਤੁਹਾਡੇ ਕਾਰੋਬਾਰ 'ਚ ਬਰਕਤ ਤੁਹਾਨੂੰ ਤਾਂ ਫਰਮਾਵੇ ਅਤੇ ਸ਼ਾਮ ਹੋਈ ਖਰੀਦ ਤੇ ਮੈਂ ਤਾਂ ਸਾਗ ਹੀ ਰੱਖ ਲੈਂਦੇ ਹਾਂ ਅਤੇ ਅੱਜ ਦੇ ਵਲਾਗ 'ਤੇ ਜਾਵਾਂਗੇ ਇੱਥੇ ਜਾ ਕੇ ਸੁਬਹ ਮਿਲਾਂਗੇ ਇੱਕ ਅੱਛੇ ਵਲਾਗ ਨੂੰ ਲਵ ਪੀਸ